ਅਸਲਾਮ ਵਾਲੇਕਮ ਜੀ ਦੋਸਤੋ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਲਓ ਜੀ, ਆ ਕੱਲ੍ਹ ਜਿਹੜਾ ਸ਼ਾਮੀ ਜਿਹੜਾ ਸਰੀਆ ਸੁਰੀਆ ਬਣ ਗਏ ਸਨ, ਥੋੜ੍ਹਾ ਜਿਹਾ ਉਹਨਾਂ ਦਾ ਕੰਮ ਰਹਿ ਗਿਆ ਸਰੀ ਵਾਲੇ ਦਾ, ਕਿ ਜਿਵੇਂ ਆਹ ਬੱਤੇ ਨੇ ਇਹਨਾਂ ਦੇ ਉੱਤਰੀ ਸਾਈਡ 'ਤੇ ਜਿਹੜਾ ਸਰੀ ਹੈ ਜਿਹੜਾ ਨਾ ਉਹ ਲੱਗਣਾ, ਅਤੇ ਉਹ ਇਹ ਇਨਸ਼ਾਅੱਲਾ ਹੁਣ ਕੱਲ੍ਹ ਭਰਾਈ ਕਰਾਂਗੇ ਅਤੇ ਉਹਦੇ ਨਾਲ ਹੀ ਜਿਹੜਾ ਨਾ ਉਹ ਪਾ ਦੇਣਗੇ ਸਰੀਏ, ਅਤੇ ਬਾਕੀ ਇਨਸ਼ਾਅੱਲਾ ਮੋਲਡਿੰਗ ਬੰਨਣ ਆਏ ਸਾਂ ਅਸੀਂ। ਮੈਂ ਤਾਂ ਇੱਕ ਮਜ਼ਦੂਰ ਹੈ ਜੀ, ਅਤੇ ਇਨਸ਼ਾਅੱਲਾ ਜਿਹੜਾ ਇਹ ਅਸੀਂ ਘੰਟੇ ਡੇਢ ਤੱਕ ਹੋਰ ਸਾਡਾ ਟਾਈਮ ਲੱਗਣਾ, ਮੋਲਡਿੰਗ ਸਾਡੀ ਕੰਪਲੀਟ ਹੋ ਜਾਣੀ ਹੈ। ਇੱਕ ਟੱਕ ਸਿਰਫ ਅਸੀਂ ਹੋਰ ਦੇਣਾ ਅਤੇ ਸਾਡੀ ਮੋਲਡਿੰਗ ਜਿਹੜੀ ਇਹਨਾਂ ਕੰਪਲੀਟ, ਜ਼ਿਆਦਾ ਟੱਕ ਜਿਹੜੇ ਨਹੀਂ ਦੇਣੇ, ਸਾਦੀ ਸਾਦੀ ਮੋਲਡਿੰਗ ਇਹਦੀ, ਇਸ ਮਤਲਬ ਰੋਕ ਹੀ ਇੱਕ ਹਿਸਾਬ ਦੀ। ਇਹ ਡਿਜ਼ਾਇਨ ਜੀ ਇਹਦਾ 4 ਇੰਚੀ ਅੱਗੇ ਅਤੇ 4 ਇੰਚੀ ਪਿੱਛੇ ਇੰਝ ਕੀਤਾ, ਅਤੇ ਕੀ ਹੈ ਕਿ ਖੂਬਸੂਰਤ ਹੁੰਦਾ ਵੈ ਪਰਦਾ, ਜਿਹੜਾ ਮਰਜ਼ੀ ਡਿਜ਼ਾਇਨ ਦਾ ਲੱਗ ਜਾਏਗਾ, ਇਹਦੇ ਖਾਨੇ ਬਣ ਗਏ ਨੇ ਹੁਣ ਮੈਸ਼ ਦੇ ਨਾਲ, ਅਤੇ ਇਸੇ ਤਰੀਕੇ ਨਾਲ ਪਰਦਾ ਡਿਜ਼ਾਇਨਦਾਰ ਲੱਗ ਜਾਏਗਾ। ਇਹ ਨਿਸ਼ਾਨ ਲੱਗੇ ਨੇ ਇੱਧਰ ਦੇ ਵੀ, 4 ਇੰਚ ਪਿੱਛੇ ਅਤੇ 4 ਇੰਚ ਅੱਗੇ। ਬਾਕੀ ਇਨਸ਼ਾਅੱਲਾ ਮੋਲਡਿੰਗ ਕੰਪਲੀਟ ਕਰਕੇ ਤੁਹਾਨੂੰ ਦਿਖਾਉਂਦੇ ਹਾਂ, ਅਤੇ ਵਾਇਰਿੰਗ ਵੀ ਅੱਜ ਨਾਲ ਹੀ ਕਰਨੀ ਹੈ, ਕੋਈ ਖੁਦਾ ਆਪ ਹੀ ਕਰਨੀ ਹੈ। ਲਓ ਜੀ, ਇਹ 2 ਟੱਕ ਸਾਡੇ ਜਿਹੜੇ ਨਾ ਮੁਕੰਮਲ ਹੋ ਗਏ ਨੇ, ਇਹ ਰੀ ਸਿੰਪਲ ਜਿਹਾ ਡਿਜ਼ਾਇਨ ਬਣਾਇਆ ਇਹਦਾ, ਠੀਕ ਹੋ ਗਿਆ ਜੀ। ਇਹ ਜੇ 1 ਟੱਕ ਰਾ ਉੱਤੇ ਹੋਰ ਲਾਵਾਂਗੇ ਜੀ, ਇੱਟ ਦਾ ਜਾਂ ਟੈਲ ਦਾ, ਤਾਂ ਕਿ ਜਿਹੜਾ ਨਾ ਖੂਬਸੂਰਤ ਲੱਗੇ ਜੀ ਕੰਮ। ਦੋਨੋਂ ਸਾਡਾਂ ਜਿਹੜੀਆਂ ਨੇ ਸਾਡੀਆਂ, ਇਹ 2 ਟੱਕ ਜਿਹੜੇ ਨੇ ਕੰਪਲੀਟ ਹੋ ਗਏ ਨੇ, ਅਤੇ ਦੁਪਹਿਰੇ ਫਿਰ ਗਰਮੀ ਬੜੀ ਸੀ, ਇਹ 2 ਟੱਕ ਲਾ ਕੇ ਅਸੀਂ ਛੱਡ ਕੇ ਚਲੇ ਗਏ ਸਾਂ, ਅਤੇ ਹੁਣ ਇੱਟ ਸ਼ਿੱਟ ਲਾਈ ਹੈ, ਅਤੇ ਹੁਣ ਫਿਰ ਮੁੰਡਾ ਸਾਡਾ ਆਉਂਦਾ ਜੀ, ਮੇਲਾ ਵੇਖਣ ਜਾਣਾ ਮੈਂ, ਅਤੇ ਆਣ ਕੇ ਟੱਕ ਲਾਵਾਂਗੇ ਜੀ। ਬਾਕੀ ਇਨਸ਼ਾਅੱਲਾ ਅੱਜ ਮੁਕੰਮਲ ਇਹਨੂੰ ਕਰ ਦੇਣਾ ਸੀ, ਭਾਵੇਂ ਸਾਨੂੰ ਰਾਤ ਦਾ 8-9 ਵੱਜ ਜਾਣ, ਨਾਲੇ ਤੈਨੂੰ ਵਾਇਰਿੰਗ ਵੀ ਵਿਖਾਵਾਂਗੇ ਰਾਤ ਕਰਦੇ ਹਾਂ, ਨਾਲੇ ਮੋਲਡਿੰਗ ਵੀ ਕੰਪਲੀਟ ਕਰਾਂਗੇ ਜੀ, ਅਤੇ ਸੁਬਹਾ ਇਨਸ਼ਾਅੱਲਾ ਭਰਾਈ ਹਰ ਹਾਲ 'ਚ ਕਰਨੀ ਹੈ।